ਚਰਖੜੀਆਂ ਫੜ ਲੋ ਨੇ ਕਿਹਣਾ ਪਿੱਛੋਂ ਚਰਖੜੀਆਂ ਫੜ ਲੋ ਇੰਨੀ ਮਿਹਨਤ ਤੋਂ ਬਾਅਦ ਸਾਡਾ ਮਿਸ਼ਨ ਸਕਸੈਸਫੁਲ ਹੋਵੇ ਐਵੇਂ ਤਾਂ ਨਹੀਂ ਨਾ ਕਹਿੰਦੇ ਲੈਣਾ ਪਾਣੀ ਪੂਰਾ ਪੂਰਾ ਨਹੀਂ ਕਰਨਾ ਅਰੇ ਫਰਸਟ ਟਾਈਮ ਮੈਂ ਅੱਡਾ ਗੁਸਲ ਦੇਖਿਆ ਯਾਰ ਮੈਂ ਇੱਕ ਹੋਰ ਚੀਜ਼ ਆਪਾਂ ਲੈ ਗਏ ਆ ਵਾਲੀ ਚਾਗੀ ਦਿੱਲੀ ਚ ਬਣਾਇਆ ਸੀ 3 ਤਾਵਾ ਆਪਾਂ ਅੰਮ੍ਰਿਤਸਰ ਚ ਬਣਾਵਾਂਗੇ 6 ਤਾਵਾ ਸਟ੍ਰਿਪ ਲਾਈਟ ਲਾ ਕੇ 6 ਸ਼ੋਅ ਕਰਾਂਦੀ ਪਰ ਹੈਗੀ ਜਿਆਦੀ ਹੈ ਇਹ ਇਤਰੇ ਵੱਡ ਗਿਆ ਉਹ 6 ਤਾਵਾ ਪਿੱਛੋਂ ਇਹਨੂੰ ਪਾਕਿਸਤਾਨੀ ਡੋਰ ਨਾ ਥੋੜੀ ਲਪੇਟਣ ਚ ਔਖ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਜੀ ਗੈਵੀ ਟਿਊਬ ਹੋਪ ਕਰਦਾ ਸਾਰੇ ਠੀਕ ਠਾਕ ਹੋਵੋਗੇ ਥੰਬਨੇਲ ਟਾਈਟਲ ਤੋਂ ਤੇ ਪਤਾ ਲੱਗ ਹੀ ਗਿਆ ਹੋਊਗਾ ਅੱਜ ਕੀ ਹੋਣ ਵਾਲਾ ਨਾਲ ਲਿਆ ਆਪਣੇ ਭਾਜੀ ਇਹ ਗੁੱਡਾ ਕਿੰਨਾ ਕਿੰਨਾ ਹੈਗਾ ਜੀ ਇਹ 3 ਤਾਵਾ ਹੈਗਾ 3 ਤਾਵਾ ਇਹ ਭਾਈ ਉਹਨਾਂ ਨੇ 3 ਤਾਵਾ ਬਣਾਇਆ ਸੀ ਦਿੱਲੀ ਦੇ ਵਿੱਚ ਭਾਈ ਐਕਸਪੀਰੀਅੰਸ ਕਿਦਾਂ ਦਾ ਸੀ ਐਕਸਪੀਰੀਅੰਸ ਬਹੁਤ ਵਧੀਆ ਹੈ ਸਾਰੀ ਦਿੱਲੀ ਦੇਖਦੀ ਸੀ ਕਿ ਹਾਂ ਗੁੱਡਾ ਉੱਡਿਆ ਇਹ ਕਿੱਥੋਂ ਆ ਗਿਆ ਉਹਨਾਂ ਦੇ ਤੇ ਪੌਣੀ ਤੋਂ ਉੱਤੇ ਗੁੱਡੀ ਉੱਡਦੀ ਨਹੀਂ ਹਾਂ ਤੇ ਸਾਡਾ 3 ਤਾਵਾ ਵੇਖ ਕੇ ਪਾਗਲ ਹੋ ਗਏ ਹੋ ਭਾਈ ਉਹਨਾਂ ਨੇ ਦਿੱਲੀ ਚ ਬਣਾਇਆ ਸੀ 3 ਤਾਵਾ ਆਪਾਂ ਅੰਮ੍ਰਿਤਸਰ ਚ ਬਣਾਵਾਂਗੇ 6 ਤਾਵਾ ਸਟ੍ਰਿਪ ਲਾਈਟ ਲਾ ਕੇ ਬਾਕੀ ਵਲੌਗ ਨੂੰ ਲਾਸਟ ਤੱਕ ਦੇਖਿਓ ਚੰਗਾ ਲੱਗੂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਦੇ ਨਵੇਂ ਹੈਗੇ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਨੂੰ ਟੈਪ ਕਰ ਲਿਓ ਕਹਿਣ ਕਹਿਣ ਵਲੌਗ ਜਿੱਦਾਂ ਆਪਾਂ ਹਰ ਵਾਰ ਕਹੀਦਾ ਫੋਨ ਦਾ ਵੇ ਆ ਆਉਂਦੇ ਹੀ ਰਹਿਣਗੇ ਬਾਕੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਭਾਈ ਉਹਨਾਂ ਨੇ ਮੈਂਸ਼ਨ ਬਹੁਤ ਘੈਂਟ ਕੀਤੀ ਯਾਰ ਬੜੀ ਘੈਂਟ ਲੱਗੀ ਮੈਨੂੰ ਕੱਲ ਹੀ ਮਿਲੇ ਸੀ ਮੈਂ ਨਾਲ ਹੀ ਪਹੁੰਚ ਗਿਆ ਮੈਂ ਕਿਹਾ ਯਾਰ ਵੇਖੀ ਉਹੀ ਚੀਜ਼ ਆਪਾਂ ਵੀ ਇੱਕ ਵਾਰੀ ਮੈਂਸ਼ਨ ਕਰਕੇ ਦੇਖੀਏ ਕੀ ਬਣਦਾ ਆ 6 ਤਾਵੇ ਦੇ ਉੱਤੇ ਬਾਕੀ ਵਲੌਗ ਨੂੰ ਲਾਸਟ ਤੱਕ ਦੇਖਿਓ ਇੰਜੋਏ ਕਰਿਓ ਇੱਧਰ ਆਏ ਹੀ ਸੀ ਗੇਟ ਦੇ ਵਿੱਚ ਤੇ ਇੱਥੋਂ ਆਪਾਂ ਸਟ੍ਰਿਪ ਲਾਈਟਾਂ ਲਈਆਂ ਜਿਹੜੀਆਂ ਗੁੱਡੇ ਤੇ ਲੱਗਣੀਆਂ ਤੇ ਨਾਲ ਹੀ ਇੱਧਰ ਆਪਣੇ ਲੱਡੂ ਇੱਧਰ ਲੱਗਣ ਲੱਗੀ ਰੇਲ ਪੂੜੀ ਵਾਹ ਬਹੁਤ ਸਹੀ ਯਾਰ ਦੁਪਹਿਰ ਦੀ ਸਹੀ ਚੱਲੀ ਜਾਂਦੀ ਆ ਕਿੰਨੀ ਸ਼ੋਅ ਕਰਨਦੀ ਆ 6 ਸ਼ੋਅ ਕਰਨਦੀ ਪਰ ਹੈਗੀ ਜਿਆਦੀ ਆ ਹੈਗੀ ਜਿਆਦਾ ਇਹ ਕਦੇ ਕਦੇ ਖਿੱਚੇ ਜਾਂਦੇ ਹੁੰਦੇ ਆ ਹਣਾ ਇੱਧਰ ਬੇਲ ਪੂੜੀ ਆਪਣੀ ਤਿਆਰ ਹੋ ਰਹੀ ਆ ਤੋ ਆ ਚੁੱਕੇ ਆ ਆਪਣੇ ਕੋਠੇ ਦੇ ਉੱਤੇ ਤੇ ਇੱਥੇ ਹੁਣ ਲਾਉਣੀ ਆ ਆਪਾਂ 6 ਤਾਵੇ ਦੇ ਵਿੱਚ ਸਟ੍ਰਿਪ ਲਾਈਟ ਤੇ ਨਾਲ ਲਿਆਂਦੇ ਇਹ ਛੋਟੇ ਛੋਟੇ ਸੈੱਲ ਦੇਖਿਓ ਯਾਰ ਇਹਦੇ ਫਰਸਟ ਟਾਈਮ ਐਡਾ ਕੋ ਸੈੱਲ ਦੇਖਿਆ ਯਾਰ ਮੈਂ ਸਹੀ ਗੱਲ ਰਿਮੋਟ ਵਾਲੇ ਤੇ ਦੂਜੇ ਬੈਟਰੀ ਵਾਲੇ ਇੰਨੇ ਪਤਲੇ ਪਤਲੇ ਵੇਖੇ ਸੀ ਆ ਦੇਖਿਓ ਇੰਨਾ ਕੁਝ ਹੈਗਾ ਯਾਰ ਇੰਨਾ ਕੁ ਸੈੱਲ ਬਾਕੀ ਦੇਖਦੇ ਹੁਣ ਸਟ੍ਰਿਪ ਲਾਈਟ ਇਹਦੇ ਤੇ ਕੰਮ ਕਰਦੀ ਆ ਜਾਂ ਨਹੀਂ ਕਰਦੀ ਬਾਕੀ ਇੱਕ ਹੋਰ ਚੀਜ਼ ਆਪਾਂ ਲੈ ਗਏ ਆ ਵਾਲੀ ਇਹਦੇ ਨਾਲ ਆਪਾਂ ਵੱਡਾ ਸੈੱਲ ਲਿਆਂਦਾ ਦਿਖਾਇਓ ਇਹ ਵਾਲਾ ਸੈੱਲ ਸੋ ਇਹਦੇ ਉੱਤੇ ਲਾਵਾਂਗੇ ਦੇਖਦੇ ਆ ਬਾਕੀ ਆਪਣਾ ਮਿਸ਼ਨ ਸਕਸੈਸਫੁਲ ਹੁੰਦਾ ਕਿ ਨਹੀਂ ਹੁੰਦਾ ਵਲੌਗ ਨੂੰ ਲਾਸਟ ਤੱਕ ਦੇਖਿਓ ਕਿਧਰ ਹੁਣ ਲੱਗੀ ਆ ਕੋਸ਼ਿਸ਼ਾਂ ਹੁੰਦੀਆਂ ਇਤਲੇ ਤਾਰ ਆ ਵੀ ਸੈੱਲ ਨਾਲ ਲਾਉਣਾ ਪੈਣਾ ਹੈ ਜੇ ਚੀਰਾ ਆਇਆ ਤਾਂ ਉਹ ਨਹੀਂ ਪੈਂਦਾ ਫਰੈਂਡ ਚਲੋ ਇਹ ਸਕਸੈਸਫੁਲ ਹੋ ਗਿਆ ਕੰਮ ਜਾਗੀ ਓ ਜਾਗੀ 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 ਆ ਦੇਖਾਂ ਜੇ ਪੈਣ ਲਾ ਪਈ ਬਾਕੀ ਦੇਖਦੇ ਆ ਯਾਰ ਕਿੱਥੇ ਕਿੱਥੇ ਸੈਟਿੰਗ ਹੁੰਦੀ ਆ ਹੁਣ ਗੁੱਡੇ ਦੇ ਵਿੱਚ ਤੋ ਕਰਦੇ ਆ ਲਾਈਟਾਂ ਦੀਆਂ ਸਾਰੀ ਸੈਟਿੰਗ ਕਰਾਂਗੇ ਇੱਧਰ ਆ ਚੁੱਕੀ ਹੈ ਜੀ ਰੀਓ ਬੂਮ ਥੋੜੀ ਥੋੜੀ એનર્ਜੀ ਆ ਜੇ ਪਹਿਲਾਂ ਚੱਕ ਯਾਰ ਘੁੱਟ ਘੁੱਟ ਲਾਈਏ ਉਹ ਵਧੀਆ ਕਾਰੀਗਰ ਦਾ ਖਬਰ ਆਪਾਂ ਦੱਸਣ ਵਾਲੇ ਨਹੀਂ ਤਾਰ ਆਪਾਂ ਇੱਧਰ ਨੂੰ ਛੱਡਣੀ ਆ ਥੱਲੇ ਛੱਡਣੀ ਨਾ ਲੱਦਾ ਜਾਂਦੇ ਨੁੱਕੇ ਦੇ ਥੱਲੇ ਥੋੜੀ ਨਾ 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 ਥੱਲੇ ਕੋ ਛੱਡਣੀ ਆ ਤਣਾ ਨਾ ਬੰਨਣੀ ਇੱਥੇ ਆਪਾਂ ਉਹ ਤਾਰ ਜਿਹੜੀ ਉਹੀ ਚਾਰਜਿੰਗ ਵਾਲੀ ਆਹੋ ਚਾਰ ਕੇਬਲ ਚਾਰਜਿੰਗ ਵਾਲੀ ਕੇਬਲ ਚਾਹੀਦੀ ਆ ਖਰਾਬ ਹਾਂ ਤਿੰਨਾਂ ਨੂੰ ਇਹ ਥੋੜੀ ਬਰੀਕ ਚਾਹੀਦੀ ਆਪਾਂ ਨੂੰ ਉਹ ਵਾਲੀ ਪਤਲੀ ਪਤਲੀ ਵਾਲੀ ਪਤਲੀ ਵਾਲੀ ਆ ਪਤਲੀ ਹਾਂ ਪਤਲੀ ਵਾਲੀ ਇਹ ਚੱਲੇਗੀ ਚੱਲੇਗੀ ਖਰਾਬ ਆ ਚਾਰਜਰ ਆ ਚੱਲੇਗੀ ਬਿਲਕੁਲ ਓਕੇ ਤੇ ਨਹੀਂ ਦੋ ਤਰ੍ਹਾਂ ਹੀ ਆ ਜੀ ਹਾਂ ਦੋ ਹੀ ਆ ਹਾਂਜੀ ਦੋ ਤਰ੍ਹਾਂ ਹੀ ਆ ਓਕੇ ਆ ਵਾਈਟ ਤਾਰ ਲੱਗਣੀ ਹੈ ਅੱਛਾ ਕਰ ਹਾਂ ਬਲੈਕ ਤੇ ਕਰੰਟ ਕਰੰਟ ਥੋੜੀ ਹੋਣਾ ਆ ਜਾਗੀ 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 ਮਿਸ਼ਨ ਸਕਸੈਸਫੁਲ ਕਬਰ ਨੇ ਜੋੜਨੀ ਪੈਣੀ ਆ ਆ ਜੋੜ ਦੋ ਪੱਕੀ ਜੋੜ ਦੋ ਫਿਰ ਇਧਰੋਂ ਮੈਂ ਪੱਕੀ ਜੋੜਤੀ ਮੈਂ ਇਧਰ ਜੋੜਤੀ ਚੱਲ ਇਧਰ ਲਾ ਦਿੰਦੇ ਹੁਣ ਇਧਰ ਦੀ ਇਧਰ ਰਹਿਣਾ ਬੈਟਰੀ ਆਣ ਤੇ ਜੋੜਨੀ ਆ ਪਟਾਸ ਕਰੋ ਪਟਾਕਾ ਓਏ ਪਟਾਸ ਕਰੋ ਚਲੋ ਉੱਤੋਂ ਜਾ ਕੇ ਖਿੱਚ ਪਹਿਲਾਂ ਉੱਤੋਂ ਜਾਓ ਚੜਾਉਣਾ ਕਿਵੇਂ ਹੋ ਗੁੱਡਾ ਉੱਤੇ ਲੋ ਮਿੱਤਰੋ ਆਪਣਾ 6 ਤਾਵਾ ਗੁੱਡਾ ਹੋ ਗਿਆ ਰੈਡੀ ਬਾਕੀ ਲਾਈਟ ਸਾਰੀ ਆਪਾਂ ਤੁਹਾਨੂੰ ਉੱਪਰ ਜਾ ਕੇ ਦਿਖਾਵਾਂਗੇ ਚਲਾ ਕੇ ਹਨੇਰੇ 'ਚ ਪਤਾ ਲੱਗੂਗਾ ਸਹੀ ਤੇ ਆ ਦੇਖਿਓ ਅੱਗੇ ਆ ਦੇਖਿਓ ਆਹ ਲਾਇਆ ਆਪਾਂ ਇੱਕ ਸੈੱਲ ਬੈਟਰੀ ਹੀ ਛੋਟੀ ਸਟ੍ਰਿਪ ਲਾਈਟਾਂ ਸਾਰੀਆਂ ਘੁਮਾ ਕੇ ਕਿੱਧਰ ਆ ਇੱਕ ਨਾਲ ਆਪਾਂ ਨਾਮ ਲਿਖਿਆ ਵਾ ਹੁਣ ਦੇਖਦੇ ਹਾਂ ਬਾਕੀ ਆਪਣੀ ਜਿਹੜੀ ਇਨਵੈਂਸ਼ਨ ਸਕਸੈਸਫੁਲ ਹੋਈ ਕਿ ਨਹੀਂ ਅਫੜੋ ਯਾਰ ਤੁਸੀਂ ਕੌਣ ਜੇ ਭਾਜੀ ਕੌਣ ਜੇ ਕੌਣ ਜੇ ਬੜੀ ਸਲੋ ਹੀ ਆ ਰਹਾ ਤੇ ਬੰਦ ਹੋ ਗਈ
ਹਵਾ ਹੈ ਕਿੱਧਰ ਦੀ ਆ ਇੱਧਰ ਦੀ ਹੀ ਤਾਂ ਮੈਂ ਕਹਿਣ ਤੋਂ ਗਿਆ ਨਿਸ਼ਾਨ ਤਾਂ ਇੱਧਰ ਗੁੱਡੀ ਢਾ ਕੇ ਦੇਖੀ ਜਾ ਰਹੀ ਹੈ ਕਿ ਹਵਾ ਕਿੱਧਰ ਦੀ ਆ ਹਵਾ ਘੁੰਮ ਗਈ ਆ ਜੋ ਬੁੱਲਾ ਵਜਦਾ ਨਾ ਉਹ ਰੋਡੀ ਹੁੰਦਾ ਆਵੇ ਥੱਲੇ ਇੱਥੇ ਹੀ ਹਵਾ ਥੱਲੇ ਥੱਲੇ ਹੀ ਆਵੇ ਆਵੇ सारी अपनी स्ट्रिप लाइट हो गई है तैयार इधर ना भी लिखा गया गैवी बाकी मित्रों हुण कमेंट घैंट घैंट जे कर दिओ हुण इको पंगा पैन दिया मेन हवा दा बुल्ला आवे ते फेर दावांगे दाओ नहीं लगनी ਵਲੌਗ ਜਿਆਦਾ ਤੱਕ ਦੇਖਿਆ ਤਾਂ ਲਾਈਕ ਜ਼ਰੂਰ ਕਰ ਦਿਓ ਇਹਨੂੰ ਫੇਰ ਢਾਵਾਂਗੇ ਨੈਕਸਟ ਡੇ ਤੋਂ ਵੀ ਮਿੱਤਰੋ ਕੱਲ ਵੀ ਆਪਾਂ ਕੋਸ਼ਿਸ਼ ਕੀਤੀ ਸੀ 6 ਤਾਵਾ ਗੁੱਡਾ ਢੋਣ ਦੀ ਪਰ ਉੱਡਿਆ ਨਹੀਂ ਹਵਾ ਇੱਕਦਮ ਬੰਦ ਹੋ ਗਈ ਅੱਜ ਫੇਰ ਢੋਣ ਲੱਗੇ ਅੱਜ ਦੀ ਹਵਾ ਤੇ ਖੁੱਲੀ ਪਈ ਹੈ ਆਹਾ ਚਰਖੜੀਆਂ ਫੜ ਲੋਣੇ ਕਿਹੜਾ ਪਿੱਛੋਂ ਚਰਖੜੀਆਂ ਫੜ ਲੋ ਦੋਰ ਭਈ ਤਾਂ ਤਨ ਕੇ ਬਣਾ ਕੇ ਆਇਓ ਕੋਠੇ ਤੇ ਆਇਓ ਉਈ लग गई कन्नी कि लोड़ पैनी है नहीं नहीं एक रिपोर्ट नहीं नहीं फोल्ड नहीं होती कागज हों हां तुनका वजना है थोड़ा सज्जे हथ लैके जा बबलू 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 तेरा हाथ लगता ही लगता गुड्डे पता नहीं की चक्कर है बबलू का हाथ लगता ही ना ही गुड्डा तन्या गया वा हूं ओके रिपोर्ट हो गया ये हां जी कि लग रहा है गुड्डा पूरा तन्या गया जी देखियो थले पूछ कि लगी जरा छज बनाई ना ब्लिंक कर लग पे गुड्डा चेक करो इत उंगलों से यार चिके सड़के की आवाज किदी पड़क पड़क ना ना स्ट्रिप लाइट हो रही है बाकी यार गुड्डा बनिया अपना मजेदार ही ब्लॉग किदां दा लगा लाइक कमेंट शेयर करके दस्यो टेप खुल गई थोड़ा देख के ना
ਅਨੁਮਾਨ ਲਾਉਣ ਦੇ ਕਿੱਦਾਂ ਕੀਤਾ ਕੀ ਆ ਚੈੱਕ ਕਰੋ ਆ ਕਰ ਕੀਤਾ ਕੀ ਬਣਾਇਆ ਕਿੱਦਾਂ ਕੋਰ ਸੰਜੀ ਨੇ ਹੋਈ ਰਿਹਾ ਆ ਦੇਖੋ ਯਾਰ ਆ ਖਰਾਬ ਹੁੰਦਾ ਪਿਆ ਜੀ हवा बहुत तेज़ सी यार तेरी गल सही ही गुड्डा फट गया इंजीनियर साहब मैं कोई खिंचा मानना है ओदन वांगू तो मित्रों आज के ब्लॉग नूं इत्थे एंड करदे होप करदा ब्लॉग चंगा लगा होगा चंगा लगा लाइक कमेंट शेयर जरूर करियो चैनल ते नवें चैनल सब्सक्राइब कर लो बैल नूं टैप कर लो सो फिर मिलदे किसी नेक्स्ट वीडियो ब्लॉग दे विच तदा टेक केयर बाय बाय।